हेलो बच्चा पार्टी, दिस इज लेक्चर सिक्स। इन दिस लेक्चर वी आर गोइंग टू डील विद टॉर्क। ये लेक्चर छेवां गा ते इस लेक्चर दे विच आपां टॉर्क बारे गल करन वारे आ। टॉर्क ऑन डाइपोल इन यूनिफॉर्म इलैक्ट्रिक फील्ड बहुत इंपॉर्टेंट टॉपिक आ। बोर्ड एग्जामीनेशन पॉइंट ऑफ व्यू दे अकॉर्डिंग तक आपां की पढ़दांगा, टॉर्क ऑन ए डाइपोल, टॉर्क ऑन ए डाइपोल इन अ यूनिफॉर्म इलेक्ट्रिक फील्ड, इन अ यूनिफॉर्म इलेक्ट्रिक फील्ड बहुत इंपॉर्टेंट टॉपिक है, ठीक है। यूनिफॉर्म इलेक्ट्रिक फील्ड डाइपोल की गल करांगे, कंसीडर करांगे। एक अपने को इलेक्ट्रिक फील्ड है, इलेक्ट्रिक फील्ड की है यूनिफॉर्म इलेक्ट्रिक फील्ड, यूनिफॉर्म इलेक्ट्रिक फील्ड। यूनिफॉर्म इलेक्ट्रिक फील्ड की कंसीडर करांगे, आपां कंसीडर करांगे एक अपने कोल की हैगा डाइपोल। डाइपोल पियागा जिहड़ा किहदे विच पियागा, इलेक्ट्रिक फील्ड दे विच, जिहड़ा इलेक्ट्रिक फील्ड दे नाल डाइपोल की कर रहा हैगा, एंगल बना रहा थीटा एंगल। ये अपने कोल डाइपोल पिया माइनस क्यू प्लस क्यू, तो इन्हों दे विच जिहड़ा डिस्टेंस है दैट इज टू है। आपां पढ़िया वा कि जिहड़ा डाइपोल हुंदा, डाइपोल की अरेंजमेंट है, इक्वल ते अपोजिट चार्जिज दा, इक्वल ते अपोजिट चार्जिज दा, जिहड़ा किहड़े डिस्टेंस नाल है, सैपरेटेड है डिस्टेंस नाल 2a नाल, तां उह इलैक्ट्रिक फील्ड नाल थीटा एंगल नाल की हैगा, इक डाइपोल आपां प्लेस कीता वा, अलाइन कीता वा थीटा एंगल नाल, राइट। ਹੁਣ ਆਪਾਂ ਨੂੰ ਇਹ ਪਤਾ ਗਾ ਵੀ ਜਦੋਂ ਕੋਈ ਚਾਰਜ ਇਲੈਕਟ੍ਰਿਕ ਫੀਲਡ ਦੇ ਵਿੱਚ ਪਿਆ ਹੋਵੇ ਤਾਂ ਉਹਦੇ ਵਿੱਚ ਤੇ ਫੋਰਸ ਲੱਗਦੀ ਹੈ, ਤਾਂ ਪੋਜ਼ਿਟਿਵ ਚਾਰਜ ਆ, ਇਹਦੇ ਫੋਰਸ ਲੱਗ ਰਹੀ ਹੈ ਇੱਧਰ, ਐਫ ਇਕੁਅਲ ਟੂ ਪਲੱਸ ਕਿਊ ਈ। ਆਹ ਚਾਰਜ ਇਹਦੇ ਤੇ ਫੋਰਸ ਲੱਗ ਰਹੀ ਹੈ, ਐਫ ਇਕੁਅਲ ਟੂ ਮਾਈਨਸ ਕਿਊ ਈ, ਠੀਕ ਹੈ। ਇਹ ਫੋਰਸਿਸ ਕੀ ਆ, ਇਕੁਅਲ ਐਂਡ ਅਪੋਜ਼ਿਟ ਫੋਰਸਿਸ ਆ। ਜੇ ਆਪਾਂ ਇੱਥੇ ਨੈੱਟ ਫੋਰਸ ਦੀ ਗੱਲ ਕਰੀਏ, ਐਫ ਨੈੱਟ ਦੀ ਗੱਲ ਕਰੀਏ ਆਪਾਂ, ਐਫ ਨੈੱਟ ਦੀ, ਤਾਂ ਉਹ ਕੀ ਹੋ ਜੂਗੀ, ਕਿਊ ਈ ਡਿਊ ਟੂ ਪਲੱਸ ਪਲੱਸ ਕਿਊ ਈ ਮਾਈਨਸ ਕਿਊ ਈ। ਤਾਂ ਜਿਹੜੀ ਨੈੱਟ ਫੋਰਸ ਹੋਊਗੀ ਯਾਨੀ ਟਰਾਂਸਲੇਟਿੰਗ ਫੋਰਸ ਆਪਣੇ ਕੋਲ ਜਿਹੜੀ ਹੋਊਗੀ ਉਹ ਕੀ ਹੋਊਗੀ, ਜ਼ੀਰੋ। ਨੈੱਟ ਫੋਰਸ ਕੀ ਹੋਊਗੀ, ਜ਼ੀਰੋ ਹੋਊਗੀ, ਰਾਈਟ। ਹੁਣ ਆਪਾਂ ਕੀ ਕਰਾਂਗੇ, ਨੈੱਟ ਫੋਰਸ ਤਾਂ ਹੋਗੀ ਜ਼ੀਰੋ, ਜਦੋਂ ਨੈੱਟ ਫੋਰਸ ਜ਼ੀਰੋ ਹੋਗੀ, ਦੋਨੇ ਪੁਆਇੰਟ ਆਪਣੇ ਕੋਲ, ਇੱਕ ਆ ਪੁਆਇੰਟ ਆ ਏ ਪੁਆਇੰਟ, ਇਹਨੂੰ ਏ ਪੁਆਇੰਟ ਕੰਸੀਡਰ ਕਰ ਲਓ, ਅਤੇ ਇਹਨੂੰ ਆਪਾਂ ਬੀ ਪੁਆਇੰਟ ਕੰਸੀਡਰ ਕਰ ਲਓ, ਜਿੱਥੇ ਚਾਰਜ ਆਪਣਾ ਏ ਪੁਆਇੰਟ 'ਤੇ ਮਾਈਨਸ ਕਿਊ ਅਤੇ ਬੀ ਪੁਆਇੰਟ 'ਤੇ ਪਲੱਸ ਕਿਊ ਪਿਆ। ਹੁਣ ਆਪਣੇ ਕੋਲ ਕੀ ਆ, ਇਹ ਦੋਨੇ ਫੋਰਸਿਸ ਆ, ਟੂ ਇਕੁਅਲ ਐਂਡ ਅਪੋਜ਼ਿਟ ਫੋਰਸਿਸ ਵੈਨ ਐਵਰ ਐਕਟ ਐਟ ਡਿਫਰੈਂਟ ਪੁਆਇੰਟਸ। ਦੋ ਇਕੁਅਲ ਤੇ ਅਪੋਜ਼ਿਟ ਫੋਰਸਿਸ, ਟੂ ਇਕੁਅਲ ਐਂਡ ਅਪੋਜ਼ਿਟ ਫੋਰਸਿਸ ਐਕਟ ਐਟ ਡਿਫਰੈਂਟ ਪੁਆਇੰਟਸ, ਐਕਟ ਐਟ ਡਿਫਰੈਂਟ ਪੁਆਇੰਟਸ, ਦੈਨ ਦੇ ਫੋਰਮ ਦੇ ਫੋਰਮ ਕਪਲ। ਦੁੱਖ ਹੁੰਦਾ ਨਾ ਇਹ ਸ਼ਬਦ ਸੁਣ ਕੇ, ਕਪਲ, ਤੁਸੀਂ ਵੀ ਮੇਰੇ ਵਾਂਗੂ ਸਿੰਗਲ ਹੀ ਹੋ। ਇਹ ਵੀ ਇੱਥੇ ਇਹ ਵੀ ਕਪਲ 'ਚ ਆ, ਚਾਰਜਿਸ ਵੀ ਕਪਲ 'ਚ ਆ, ਸਮਝ ਸਕਦੇ ਹਾਂ ਦੁੱਖ, ਚਲੋ ਕੋਈ ਨਾ, ਠੀਕ ਹੈ। ਤਾਂ ਦੇਖੋ
ਇਹ ਕੀ ਬਣਾਉਂਦੇ ਹੈਗੇ, ਕਪਲ ਬਣਾਉਂਦੇ ਹੈਗੇ, ਰਾਈਟ। ਕਪਲ ਦੀ ਵਜ੍ਹਾ ਨਾਲ ਆਪਣੇ ਕੋਲ ਕੀ ਆਉਂਦਾ ਗਾ, ਰੋਟੇਸ਼ਨ ਆਉਂਦੀ ਹੈ, ਤਾਂ ਕੀ ਆਉਂਦਾ, ਉਸ ਰੋਟੇਸ਼ਨ ਦੀ ਵਜ੍ਹਾ ਨਾਲ ਟਾਰਕ ਆਉਂਦਾ ਆਪਣੇ ਕੋਲ। ਤਾਂ ਆਪਾਂ ਇਹਨੂੰ ਇੱਥੇ ਅਲਾਈਨ ਕਰ ਲਿਆ, ਰਾਈਟ, ਆਪਾਂ ਕੀ ਕਰ ਲਿਆ, ਅਲਾਈਨ ਕਰ ਲਿਆ। ਤਾਂ ਏ ਪੁਆਇੰਟ ਆ, ਬੀ ਪੁਆਇੰਟ, ਇਸ ਪੁਆਇੰਟ ਦਾ ਨਾਮ ਦੇ ਦਿਓ ਸੀ, ਰਾਈਟ। ਤਾਂ ਆਪਾਂ ਕਹਿ ਸਕਦੇ ਇੱਥੇ ਵੀ ਇੱਥੇ ਇੱਕ ਟ੍ਰਾਇੰਗਲ ਬਣਦਾ ਗਾ, ਇਨ ਰਾਈਟ ਟ੍ਰਾਇੰਗਲ, ਰਾਈਟ ਐਂਗਲ ਟ੍ਰਾਇੰਗਲ ਏ ਸੀ ਬੀ, ਏ ਸੀ ਬੀ, ਬਲੈਕ ਮਾਰਕਰ ਤਾਂ ਚੱਲ ਹੀ ਨਹੀਂ ਰਿਹਾ ਪ੍ਰੋਪਰ, ਏ ਸੀ ਬੀ, ਰਾਈਟ ਟ੍ਰਾਇੰਗਲ ਏ ਸੀ ਬੀ। ਆਪਾਂ ਕੀ ਫਾਈਂਡ ਕਰਨਾ, ਟੋਰਕ। ਪਹਿਲਾਂ ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਕਿ ਐਕਚੁਅਲ ਦੇ ਵਿੱਚ ਟੋਰਕ ਕੀ ਹੁੰਦਾ, ਟੋਰਕ ਕੀ ਹੁੰਦਾ, ਟੋਰਕ ਐਕਚੁਅਲ ਦੇ ਵਿੱਚ ਕੀ ਹੁੰਦਾ, ਟੋਰਕ ਹੁੰਦਾ ਆਪਣੇ ਕੋਲ ਆਰ ਕ੍ਰੋਸ ਐਫ। ਆਰ ਕ੍ਰੋਸ ਐਫ ਦਾ ਮਤਲਬ ਕੀ ਹੋ ਗਿਆ ਸਰ ਜੀ, ਆਰ ਕ੍ਰੋਸ ਐਫ ਦਾ ਮਤਲਬ ਜਿਹੜਾ ਡਿਸਟੈਂਸ ਬਿਟਵੀਨ ਦਾ ਟੂ ਚਾਰਜਿਸ ਤੇ ਆਈਦਰ ਫੋਰਸ, ਠੀਕ ਹੈ, ਆਈਦਰ ਫੋਰਸ, ਦੈਟ ਇਜ ਪਰਪੈਂਡੀਕੁਲਰ ਡਿਸਟੈਂਸ ਜਿਹੜੀ ਆਪਣੇ ਕੋਲ ਹੈ। ਆਰ ਕੀ ਹੈ ਆਪਣੇ ਕੋਲ, ਸੋਰੀ, ਆਰ ਆਪਣੇ ਕੋਲ ਕੀ ਹੈਗਾ, ਇੱਕ ਤਾਂ ਫੋਰਸ ਹੋ ਗਈ ਆਪਣੇ ਕੋਲ, ਰਾਈਟ, ਆਰ ਕ੍ਰੋਸ ਐਫ, ਆਪਣੇ ਕੋਲ ਆਰ ਕੀ ਹੈਗਾ, ਪਰਪੈਂਡੀਕੁਲਰ ਡਿਸਟੈਂਸ, ਦੈਟ ਇਜ ਪਰਪੈਂਡੀਕੁਲਰ ਡਿਸਟੈਂਸ। ਕਿਹੜਾ ਪਰਪੈਂਡੀਕੁਲਰ ਡਿਸਟੈਂਸ, ਦਿਸ ਵਨ, ਦਿਸ ਵਨ, ਦਿਸ ਇਜ਼ ਦਾ ਪਰਪੈਂਡੀਕੁਲਰ ਡਿਸਟੈਂਸ, ਰਾਈਟ। ਇਹ ਆਪਣੇ ਕੋਲ ਕੀ ਆ, ਪਰਪੈਂਡੀਕੁਲਰ ਡਿਸਟੈਂਸ, ਦ ਡਿਸਟੈਂਸ ਬੀ ਸੀ, ਦ ਡਿਸਟੈਂਸ ਬੀ ਸੀ ਇਜ਼ ਪਰਪੈਂਡੀਕੁਲਰ ਡਿਸਟੈਂਸ ਇਨ ਟੂ ਫੋਰਸ, ਆਈਦਰ ਫੋਰਸ, ਕਿਉਂ ਕਿਉਂ ਬੀ ਸੀ ਇਜ਼ ਦਾ ਆਵਰ ਪਰਪੈਂਡੀਕੁਲਰ ਡਿਸਟੈਂਸ, ਠੀਕ ਹੈ, ਪਰਪੈਂਡੀਕੁਲਰ ਡਿਸਟੈਂਸ, ਯਾਨੀ ਆਪਾਂ ਕਹਿ ਸਕਦੇ ਹਾਂ ਬੀ ਸੀ ਕ੍ਰੋਸ ਕਿਊ ਈ, ਬੀ ਸੀ ਕ੍ਰੋਸ ਕਿਊ ਈ। ਆਰ ਕੀ ਆਪਣੇ ਕੋਲ, ਪਰਪੈਂਡੀਕੁਲਰ ਡਿਸਟੈਂਸ ਐਕਟ ਅਲੋਂਗ ਦੀ ਲਾਈਨ ਜੁਆਇਨਿੰਗ, ਠੀਕ ਹੈ। ਇਹਨਾਂ ਦੇ ਡਿਫਰੈਂਟ ਦੇਖੋ, ਦਿਸ ਪੁਆਇੰਟ ਯਾਨੀ ਪਰਪੈਂਡੀਕੁਲਰਲੀ, ਇੱਥੇ ਰਾਈਟ ਹੈਂਡ ਸਕਰੂ ਰੂਲ ਨਾਲ ਆਪਾਂ ਕਰ ਸਕਦੇ ਹਾਂ ਵੀ ਟੋਰਕ ਕਿਵੇਂ ਆਊਗੀ ਆਪਣੇ ਕੋਲ, ਰਾਈਟ। ਹੁਣ ਇਸ ਤੋਂ ਬਾਅਦ ਆਪਾਂ ਟੋਰਕ ਵਾਸਤੇ ਜਿਹੜੀ ਟੋਰਕ ਹੋਊਗੀ, ਟੋਰਕ ਕੀ ਹੈ ਆਪਣੇ ਕੋਲ, ਆਰ ਐਫ, ਆਰ ਕ੍ਰੋਸ ਐਫ, ਬਈ ਆਰ ਕੱਢਣਾ ਨਾ ਪਹਿਲਾਂ, ਆਰ ਨੂੰ ਲਿਖ ਲਓ ਇੱਦਾਂ ਹੀ, ਆਰ ਕੀ ਆ, ਦਿਸ ਪਰਪੈਂਡੀਕੁਲਰ ਡਿਸਟੈਂਸ ਐਫ ਕਿਊ ਈ। ਤਾਂ ਆਪਾਂ ਇਹ ਕਿਵੇਂ ਕੱਢ ਲਾਂਗੇ ਇੱਥੋਂ, ਦੇਖੋ ਆਪਣੇ ਕੋਲ, ਜੇ ਆਪਣੇ ਕੋਲ ਇਹ ਰਾਈਟ ਟ੍ਰਾਇੰਗਲ ਏ ਬੀ ਸੀ, ਬਹੁਤ ਸੌਖਾ ਗਾ, ਬਸ ਧਿਆਨ ਨਾਲ ਸਮਝ ਲਿਓ, ਦੁਬਾਰਾ ਪੜ੍ਹਨ ਦੀ ਲੋੜ ਨਹੀਂ ਪਊਗੀ, ਧਿਆਨ ਨਾਲ ਸਮਝ ਲਿਓ। ਏ ਬੀ ਸੀ ਆਪਣੇ ਕੋਲ ਇੱਕ ਰਾਈਟ ਟ੍ਰਾਇੰਗਲ ਆ, ਆ ਇਲੈਕਟ੍ਰਿਕ ਫੀਲਡ ਨਾਲ ਥੀਟਾ ਐਂਗਲ ਬਣਾ ਰਿਹਾ, ਠੀਕ ਹੈ, ਜਿਹੜਾ ਡਾਈਪੋਲ ਆਪਣਾ ਇਲੈਕਟ੍ਰਿਕ ਫੀਲਡ ਨਾਲ ਥੀਟਾ ਐਂਗਲ ਬਣਾ ਰਿਹਾ ਹੈਗਾ। ਤਾਂ ਇੱਥੇ ਆਪਣੇ ਕੋਲ ਆਪਣੇ ਕੋਲ ਕੀ ਆ, ਹਾਈਪੋਟਨਿਊਜ਼ ਵੀ ਹੈਗੀ ਆ, ਕੀ ਆਪਣੇ ਕੋਲ, ਹਾਈਪੋਟਨਿਊਜ਼ ਵੀ ਹੈਗੀ ਆ, ਆਹ ਡਿਸਟੈਂਸ ਵੀ ਆਪਣੇ ਕੋਲ, ਦਿਸ ਡਿਸਟੈਂਸ ਏ ਸੀ, ਅਤੇ ਬੀ ਸੀ ਆਪਣੇ ਕੋਲ ਕੀ ਆ, ਆਪਾਂ ਬੀ ਸੀ ਕੀ ਕਰਨਾ ਗਾ, ਫਾਈਂਡ ਕਰਨਾ ਗਾ। ਤਾਂ ਲੈਟ ਅਸ ਸਪੋਜ਼ ਵੀ ਆਪਾਂ ਜੇ ਇੱਥੇ ਗੱਲ ਕਰਦੇ ਹਾਂਗੇ ਸਾਈਨ ਥੀਟਾ ਦੀ, ਏ ਸੀ ਕੀ ਆਪਣੇ ਕੋਲ, ਸਾਈਨ ਥੀਟਾ ਕੀ ਹੋਊਗਾ, ਸਾਈਨ ਥੀਟਾ ਕੀ ਹੋਊਗਾ ਆਪਣੇ ਕੋਲ, ਸਾਈਨ ਥੀਟਾ, ਸਾਈਨ ਕੀ ਹੁੰਦਾ ਗਾ, ਪਰਪੈਂਡੀਕੁਲਰ ਅਪੋਨ ਹਾਈਪੋਟਨਿਊਸ, ਪਰਪੈਂਡੀਕੁਲਰ ਅਪੋਨ ਹਾਈਪੋਟਨਿਊਸ, ਬੀ ਸੀ ਅਪੋਨ ਟੂ ਏ। ਤਾਂ ਬੀ ਸੀ ਦੀ ਵੈਲਿਊ ਕੱਢਣੀ ਹੈ, ਆਰ ਸੀਗੀ ਉਹ, ਬੀ ਸੀ ਕਿਊ ਈ ਚੱਲ ਰਿਹਾ, ਤਾਂ ਬੀ ਸੀ, ਬੀ ਸੀ ਦੀ ਵੈਲਿਊ ਟੂ ਏ ਸਾਈਨ ਥੀਟਾ,
ਕਿਉਂਕਿ ਇਹਨਾਂ ਦੋਨਾਂ ਚੋਂ ਹੀ ਆਪਾਂ ਪਤਾ ਕਰਨਾ ਸੀ, ਆਪਾਂ ਸਾਈਨ ਥੀਟਾ ਵੀ ਤਾਂ ਹੀ ਲਾਇਆ ਪਰਪੈਂਡੀਕੁਲਰ ਅਪੋਨ ਹਾਈਪੋਟਨਿਊਸ, ਆਪਾਂ ਕੋਸ ਨਹੀਂ ਲਾ ਸਕਦੇ ਸੀ ਇੱਥੇ। ਬੀ ਸੀ ਵੈਲਿਊ ਕਿੰਨੀ ਹੈਗੀ, 2a ਸਾਈਨ ਥੀਟਾ ਇੰਟੂ ਕਿਊ ਈ, ਰਾਈਟ। ਟੋਰਕ ਦਾ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਆਰ ਕ੍ਰੋਸ ਐਫ ਹੁੰਦਾ ਗਾ, ਯਾਨੀ ਕਿ ਪਰਪੈਂਡੀਕੁਲਰ ਡਿਸਟੈਂਸ, ਠੀਕ ਹੈ, ਇੰਟੂ ਕਿਊ ਈ, ਯਾਨੀ ਫੋਰਸ, ਆਈਦਰ ਫੋਰਸ। 2a ਸਾਈਨ ਥੀਟਾ, ਰਾਈਟ, 2a ਸਾਈਨ ਥੀਟਾ ਇੰਟੂ ਕਿਊ ਈ। ਹੁਣ ਆਪਾਂ ਨੂੰ ਇਹ ਪਤਾ ਗਾ ਵੀ ਜਿਹੜਾ 2a ਕਿਊ ਹੁੰਦਾ ਉਹ ਆਪਾਂ ਪੜ੍ਹਿਆ ਵਾ ਡਾਈਪੋਲ ਮੂਵਮੈਂਟ ਦੇ ਬਰਾਬਰ ਹੁੰਦਾ, ਪੜ੍ਹਿਆ ਵਾ ਡਾਈਪੋਲ ਮੂਵਮੈਂਟ ਦੇ ਬਰਾਬਰ ਹੁੰਦਾ, ਯਾਨੀ ਇਹਨੂੰ ਲਿਖ ਸਕਦੇ ਹਾਂ 2a ਕਿਊ ਇੰਟੂ ਈ ਸਾਈਨ ਥੀਟਾ, ਠੀਕ ਹੈ, ਕੋਈ ਮਾੜੀ ਗੱਲ ਨਹੀਂ। ਤਾਂ ਇਹਨੂੰ ਲਿਖ ਸਕਦੇ ਇੱਥੇ ਪੀ ਈ ਸਾਈਨ ਥੀਟਾ, ਕੋਈ ਚੱਕਰ ਨਹੀਂ ਗਾ, ਕੋਈ ਚੱਕਰ ਨਹੀਂ। ਟੋਰਕ ਆ ਗਿਆ ਆਪਣੇ ਕੋਲ ਇਹ, ਰਾਈਟ, ਟੋਰਕ। ਹੁਣ ਜਿੱਥੇ ਸਾਈਨ ਥੀਟਾ ਹੋਵੇ, ਸਾਈਨ ਥੀਟਾ ਦੀ ਜਗ੍ਹਾ ਆਪਾਂ ਲਾਉਂਦੇ ਹੁੰਦੇ ਹੈਗੇ ਕ੍ਰੋਸ ਪ੍ਰੋਡਕਟ, ਕ੍ਰੋਸ ਪ੍ਰੋਡਕਟ। ਅਤੇ ਜਿੱਥੇ ਕੋਸ ਥੀਟਾ ਹੋਵੇ ਉੱਥੇ ਆਪਾਂ ਲਾਉਣੇ ਹੁੰਦੇ ਹਾਂ ਡੋਟ ਪ੍ਰੋਡਕਟ। ਮੈਥ 'ਚ ਪੜ੍ਹਿਆ ਹੋਣਾ ਇਹ, ਜਾਂ ਪਲੱਸ ਵਨ ਦੇ ਵਿੱਚ ਵੈਕਟਰਸ ਦੇ ਵਿੱਚ ਪੜ੍ਹਿਆ ਹੁੰਦਾ, ਰਾਈਟ। ਤਾਂ ਇਹਨੂੰ ਆਪਾਂ ਲਿਖ ਸਕਦੇ ਹਾਂ ਪੀ ਕ੍ਰੋਸ ਈ, ਇਹ ਆਪਣਾ ਟੋਰਕ ਆ ਗਿਆ। ਯਾਨੀ ਇੱਥੋਂ ਕੀ ਹੈ, ਕ੍ਰੋਸ ਪ੍ਰੋਡਕਟ ਦਾ ਮਤਲਬ ਕੀ ਆ, ਯਾਨੀ ਟੋਰਕ, ਟੋਰਕ ਇਹਦੇ ਵੀ ਪਰਪੈਂਡੀਕੁਲਰ ਆ, ਇਹਦੇ ਵੀ ਪਰਪੈਂਡੀਕੁਲਰ ਆ। ਟੋਰਕ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਦੇ ਵੀ ਪਰਪੈਂਡੀਕੁਲਰ ਆ ਅਤੇ ਇਲੈਕਟ੍ਰਿਕ ਫੀਲਡ ਦੇ ਵੀ ਪਰਪੈਂਡੀਕੁਲਰ ਆ ਆਪਣੇ ਕੋਲ ਟੋਰਕ। ਆਹ ਸਿੰਪਲ ਯਾਦ ਰੱਖਿਓ, ਟ੍ਰਾਇੰਗਲ ਕੰਸੀਡਰ ਕੀਤਾ ਸੀ, ਡਾਈਪੋਲ ਨੂੰ ਥੀਟਾ ਐਂਗਲ ਨਾਲ ਰੱਖਿਆ ਸੀਗਾ, ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਿਆ ਸੀ, ਇਲੈਕਟ੍ਰਿਕ ਫੀਲਡ ਯੂਨੀਫਾਰਮ ਸੀਗਾ ਡਾਈਪੋਲ ਨੂੰ। ਫਿਰ ਆਪਾਂ ਉਸ ਦੋਨੇ ਪੁਆਇੰਟ 'ਤੇ ਆਪਾਂ ਚਾਰਜ ਦੀ ਵਜ੍ਹਾ ਨਾਲ ਫੋਰਸ ਫਾਈਂਡ ਕੀਤੀ ਸੀ, ਕਿਉਂਕਿ ਉਹ ਕੂਲੰਬਸ ਲਾਅ ਤੋਂ ਆਪਾਂ ਪੜ੍ਹਿਆ ਹੋਗਾ ਵੀ ਚਾਰਜਿਸ ਦੇ ਉੱਤੇ ਫੋਰਸ ਲੱਗਦੀ ਹੁੰਦੀ ਆ। ਫਿਰ ਫੋਰਸ ਇਸ ਤੋਂ ਬਾਅਦ ਆਪਾਂ ਟੋਰਕ ਦੀ ਪਰਟੀਕੁਲਰ ਡੈਫੀਨੇਸ਼ਨ ਦੇਖੀ ਸੀ, ਨੈੱਟ ਫੋਰਸ ਜਿਹੜੀ ਸੀਗੀ ਉਹ ਜ਼ੀਰੋ ਹੋ ਗਈ ਸੀ, ਕਿਉਂਕਿ ਇਹ ਦੋਨੇ ਫੋਰਸਿਸ ਅਲੱਗ ਅਲੱਗ ਪੁਆਇੰਟ 'ਤੇ ਲੱਗ ਰਹੀਆਂ ਸੀਗੀਆਂ, ਠੀਕ ਹੈ। ਅਲੱਗ ਅਲੱਗ ਪੁਆਇੰਟ 'ਤੇ ਲੱਗਣ ਦੇ ਕਾਰਨ ਕਪਲ ਫਾਰਮ ਹੋ ਰਿਹਾ ਸੀ, ਕਪਲ ਤੁਹਾਨੂੰ ਪਤਾ ਗਾ ਕੀ ਹੁੰਦਾ ਗਾ, ਠੀਕ ਹੈ, ਉਹ ਨਹੀਂ ਜਿਹੜਾ ਤੁਸੀਂ ਸੋਚ ਰਹੇ ਹੋਗੇ, ਰਾਈਟ। ਤਾਂ ਇਹ ਆਪਣੇ ਕੋਲ ਕੀ ਆ ਗਿਆ, ਟੋਰਕ। ਹੁਣ ਟੋਰਕ ਮੈਕਸੀਮਮ ਕਦੋਂ ਹੋਊਗੀ, ਟੋਰਕ ਮੈਕਸੀਮਮ ਦੀ ਗੱਲ ਕਰ ਲਈਏ, ਟੀ ਮੈਕਸੀਮਮ, ਟੀ ਮੈਕਸੀਮਮ ਅਤੇ ਟੀ ਮਿਨੀਮਮ, ਓਬਵੀਅਸ ਆ, ਜਦੋਂ ਥੀਟਾ ਆਪਣੇ ਕੋਲ 90 ਹੋਇਆ ਟੋਰਕ ਮੈਕਸੀਮਮ, ਮਿਨੀਮਮ ਦੇ ਵਿੱਚ ਥੀਟਾ ਆਪਣੇ ਕੋਲ 0 ਡਿਗਰੀ ਹੋਇਆ, ਉਦੋਂ ਟੋਰਕ ਮਿਨੀਮਮ ਹੋ ਜੂਗੀ, ਰਾਈਟ। ਇਹ ਸੀਗਾ ਟੋਰਕ ਔਨ ਏ ਡਾਈਪੋਲ ਪਲੇਸਡ ਇਨ ਅ ਯੂਨੀਫਾਰਮ ਇਲੈਕਟ੍ਰਿਕ ਫੀਲਡ। ਡਾਈਪੋਲ 'ਤੇ ਕਿੰਨਾ ਟੋਰਕ ਲੱਗ ਰਿਹਾ ਹੈਗਾ ਜਦੋਂ ਆਪਾਂ ਉਹ ਪਰਟੀਕੁਲਰ ਡਾਈਪੋਲ ਕਿੱਥੇ ਰੱਖਿਆ ਵਾ, ਯੂਨੀਫਾਰਮ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਿਆ ਵਾ ਉਹ ਡਾਈਪੋਲ, ਟੋਰਕ ਔਨ ਏ ਡਾਈਪੋਲ ਇਨ ਅ ਯੂਨੀਫਾਰਮ ਇਲੈਕਟ੍ਰਿਕ ਫੀਲਡ। ਇਜ਼ ਦੈਟ ਕਲੀਅਰ, ਲੱਗ ਗਈ ਸਮਝ, ਠੀਕ ਹੈ ਬੱਚਾ ਪਾਰਟੀ, ਠੀਕ। ਇਹ ਤੋਂ ਬਾਅਦ ਆਪਾਂ ਇਲੈਕਟ੍ਰਿਕ ਫੀਲਡ ਲਾਈਨਸ ਅਤੇ ਏਰੀਆ ਵੈਕਟਰ ਹੋ ਗਿਆ, ਫਲਕਸ ਹੋ ਗਿਆ, ਉਹਦੀਆਂ ਗੱਲਾਂ ਕਰਾਂਗੇ, ਠੀਕ ਹੈ। ਨੈਕਸਟ ਲੈਕਚਰ ਉਹਦਾ ਹੀ ਆਊਗਾ, ਤੁਸੀਂ ਕੰਟੀਨਿਊਟੀ ਦੇ ਵਿੱਚ ਐਂ ਕਰਿਓ, ਇਹ ਲੈਕਚਰ ਦੇਖਦੇ ਰਹੋ। ਜਦੋਂ ਚੈਪਟਰ ਕੰਪਲੀਟ ਹੋ ਗਿਆ ਉਹ ਤੋਂ ਬਾਅਦ ਮੈਂ ਇੰਪੋਰਟੈਂਟ ਨੂਮੈਰੀਕਲ ਕਰਾਊਂਗਾ, ਅਤੇ ਉਹ ਜਿਹੜੇ ਨੂਮੈਰੀਕਲ ਹੋਣਗੇ ਉਹ ਵੀਡੀਓ 2 ਘੰਟੇ ਦੇ ਹੋਊਗੀ, ਅਤੇ ਉਹਨਾਂ 'ਚ ਉਹੀ ਨੂਮੈਰੀਕਲ ਕਰਵਾਊਂਗਾ ਜਿਨ੍ਹਾਂ ਦੇ ਆਉਣ ਦੇ ਚਾਂਸਿਸ 80-90% ਐਗਜ਼ਾਮ ਦੇ ਵਿੱਚ ਹੈਗੇ ਆ, ਚਾਹੇ ਉਹ CBSE ਵਾਲੇ, ਚਾਹੇ ਪੰਜਾਬ ਬੋਰਡ ਵਾਲੇ, ਚਾਹੇ ICSE ਵਾਲੇ, ਜਿਹੜੇ ਮਰਜ਼ੀ ਹੈਗੇ, ਉਹ ਇੰਪੋਰਟੈਂਟ ਕੁਐਸਚਨ ਕਰਾਂਗੇ ਆਪਾਂ। NCERT ਦੇ ਕੁਐਸਚਨ ਦੇਖਦੇ ਰਿਹਾ ਕਰੋ, ਪਰ ICSE ਜਿਹੜਾ ਹੋ ਗਿਆ, ICSE ਨੂੰ ਵੀ ਕੁਐਸਚਨ ਠੀਕ ਠਾਕ ਆਉਂਦੇ ਆ, ਪੰਜਾਬ ਬੋਰਡ ਨੂੰ ਵੀ ਠੀਕ ਹੀ ਆਉਂਦੇ ਹੈਗੇ, CBSE ਦੇ ਕੁਐਸਚਨ ਮੋਲਡ ਕਰਕੇ ਆਉਂਦੇ ਆ, CBSE ਸਿੰਪਲ ਕੁਐਸਚਨ ਨਹੀਂ ਪਾਉਂਦੀ, NTA NTA ਤੁਹਾਨੂੰ ਪਤਾ ਨਾ, ਫਿਰ ਘੈਂਟ ਗੱਲਬਾਤ ਆ ਉਹਨਾਂ ਦੀ। ਇਜ਼ ਦੈਟ ਕਲੀਅਰ, ਇਹ ਆਪਣੇ ਕੋਲ ਹੋ ਗਿਆ ਟੋਰਕ ਔਨ ਏ ਡਾਈਪੋਲ ਇਨ ਅ ਯੂਨੀਫਾਰਮ ਇਲੈਕਟ੍ਰਿਕ ਫੀਲਡ, ਇਹ 2 ਜਾਂ 3 ਨੰਬਰ ਦਾ ਕੁਐਸਚਨ ਆਉਂਦਾ ਹੁੰਦਾ। ਟਿਲ ਦੈਨ ਬੱਚਾ ਬਾਡੀ, ਟੇਕ ਕੇਅਰ, ਬਾਏ ਬਾਏ।